ਸੋ ਸਵਾਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਅਮਨਦੀਪ ਸਿੰਘ ਸਿੱਧੂ ਨਾਲ ਜਿਹੜੇ ਕਿ ਸਿੱਖੀ ਦੇ ਜਿਗਿਆਸੂ ਹਨ ਅਤੇ ਆਪਣੇ ਆਪ ਰਿਸਰਚ ਕਰਦੇ ਨੇ ਆਪਣੇ ਆਪ ਪੜ੍ਹਦੇ ਨੇ ਤੇ ਸਿੱਖੀ ਨਾਲ ਉਹਦਾ ਪਿਆਰ ਹੈ ਅਸੀਂ ਦੇਖਦੇ ਹਾਂ ਕਿ ਸਿੱਖ ਜੰਦ ਦਾ ਜਿਹੜਾ ਬੇਸਿਕ ਸਿਧਾਂਤ ਹੈ ਉਸ ਵਿੱਚ ਮੁੱਖ ਤੌਰ ਤੇ ਇਹਹੀ ਚੀਜ਼ ਫੋਕਸ ਕੀਤੀ ਗਈ ਕਿ ਹਮੇਸ਼ਾ ਹੀ ਸੱਚਾਈ ਵਾਸਤੇ ਆਵਾਜ਼ ਬੁਲੰਦ ਕਰਨੀ ਨਾ ਇਨਜਸਟਸ ਹੋਣ ਦੇਣਾ ਤੇ ਨਾ ਹੀ ਜੇਕਰ ਕਿਸੇ ਨਾਲ ਬੇਇਨਸਾਫੀ ਹੋ ਰਹੀ ਏ ਤਾਂ ਉੱਥੇ ਚੁੱਪ ਕਰਕੇ ਬੈਠਣਾ ਬਲਕਿ ਆਵਾਜ਼ ਬੁਲੰਦ ਕਰਨਾ ਇਥੋਂ ਤੱਕ ਕਿ ਜਦੋਂ ਜ਼ਰੂਰਤ ਪਏ ਤਾਂ ਦੂਸਰੇ ਵਾਸਤੇ ਹਥਿਆਰ ਵੀ ਚੁੱਕ ਲੈਣਾ ਯਾਨੀ ਕਿ ਸੱਚਾਈ ਦੀ ਜਿੱਤ ਹੋਵੇ। ਐਸੀ ਟੌਪਿਕ ਉੱਤੇ ਅੱਜ ਜਾਣਕਾਰੀ ਲੈਣੇ ਆ ਕਿ ਕਿਸ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਨੇ ਇਹ ਨੀ ਜੋ ਹੈ ਇਸ ਨੂੰ ਮਜ਼ਬੂਤ ਕੀਤਾ ਸੀ ਤੇ ਦਸਾਂ ਗੁਰੂਆਂ ਤੱਕ ਇਹ ਜੋ ਸਫ਼ਰ ਚੱਲਦਾ ਰਿਹਾ ਤੇ ਅਖੀਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਚਿੱਠੀ ਜੋ ਹੈ ਉਸ ਨੂੰ ਵੀ ਹਮੇਸ਼ਾ ਹੀ ਅਸੀਂ ਅੱਗੇ ਲੈ ਕੇ ਆਨੇ ਆ ਜਿਸ ਵਿੱਚ ਕਿ ਉਹਨਾਂ ਨੇ ਓਪਨਲੀ ਚੈਲੰਜ ਕੀਤਾ ਸੀ ਉਸ ਸਮੇਂ ਦੇ ਰਾਜੇ ਨੂੰ ਅਤੇ ਉਸ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਗੱਲ ਸੀ ਚਲਕਦੀ ਸੀ ਕਿ ਉਹ ਸਿਰਫ ਸੱਚਾਈ ਨੂੰ ਅਕੇਲੇ ਆ ਰਹੇ ਨੇ ਕੋਈ ਰਿਮੋਰਸ ਨਹੀਂ ਸੀ ਜਾਂ ਕੋਈ ਆਪਣਾ ਦੁੱਖ ਜੋ ਸੀ ਉਸ ਨੂੰ ਅੱਗੇ ਜ਼ਾਹਰ ਨਹੀਂ ਕੀਤਾ ਸੀ ਕੀ ਕੁਝ ਅਸੀਂ ਇਸ ਸਫਰ ਵਿੱਚੋਂ ਸਿੱਖ ਸਕਨੇ ਆ ਆ ਇਸ ਬਾਰੇ ਜਾਣ ਕੇ ਲੈਣੇ ਆਮਨਦੀਪ ਸਿੰਘ ਸਿੱਧੂ ਤੋਂ ਜੈ ਹਨ ਜੀ ਵੈਲਕਮ ਟੂ ਦਾ ਪ੍ਰੋਗਰਾਮ ਸੋ ਕਿਹੜੀ ਇੱਕ ਪਿਕਿਉਲੈਰਿਟੀ ਜੇ ਮੈਂ ਗੱਲ ਕਰਾਂ ਕਿ ਕਿਹੜੀ ਚੀਜ਼ ਤੁਹਾਨੂੰ ਇਨਸਪਾਇਰ ਕਰਦੀ ਹੈ ਸਿੱਖੀ ਸਮਝ ਕੀ ਯੂਨੀਕ ਤੁਹਾਨੂੰ ਨਜ਼ਰ ਆਉਂਦਾ ਹੈ ਯੂਨੀਕ ਸਿੱਖੀ ਸਮਝ ਵਿੱਚ ਜੇ ਦੇਖਿਆ ਜਾਵੇ ਆਪਣਾ ਇੱਕ ਇਹੀ ਰਾਹ ਹੈ ਜੋ ਹਰ ਬਾਕੀ ਰਾਮ ਨੂੰ ਮਾੜਾ ਨਹੀਂ ਕਹਿੰਦਾ ਦੂਸਰੇ ਧਰਮਾਂ ਨੂੰ ਗਲਤ ਨਹੀਂ ਕਹਿੰਦਾ ਜੀ ਆਪਣਾ ਆਪ ਦਾ ਜਿਹੜਾ ਧਰਮ ਹੈ ਉਹ ਇੱਕ ਰਸਤਾ ਹੈ ਵਾਹਿਗੁਰੂ ਨੂੰ ਰੱਬ ਨੂੰ ਤੇ ਦੂਸਰੇ ਰਸਤੇ ਵੀ ਹੈ ਇਹ ਆਪਣਾ ਜਿਹੜਾ ਰਸਤਾ ਹੈ ਇਹ ਇਹ ਅਲੱਗ ਹੈ ਆਪਣੇ ਪ੍ਰੈਕਟੀਕਲ ਹੈ ਰਾਈਟ ਸਿਰਫ ਰਿਚੁਅਲ ਬੇਸਡ ਜਾਂ ਕੋਈ ਭ੍ਰਮ ਕੋਈ ਇਹੋ ਜੀ ਗੱਲ ਨਹੀਂ ਪਰ ਆਪਾਂ ਪ੍ਰੈਕਟੀਕਲ ਲਾਈਫ ਇਚ ਜਿਸ ਤਰ੍ਹਾਂ ਇਸਮਾਲ ਕਰੀਏ ਉਹੋ ਹੈ ਕਿ ਪ੍ਰੈਕਟੀਕਲ ਇਜ਼ ਹਾਇਰ ਦੈਨ ਐਬਸੋਲੂਟ ਟ੍ਰੂਥ ਇਜ਼ ਹਾਇਰ ਦੈਨ ਟਰੂਥਫੁਲ ਲਿਵਿੰਗ ਬੇਸਿਕਲੀ ਮਾਫੀ ਜਨਾ ਟਰੂਥਫੁਲ ਲਿਵਿੰਗ ਇਜ਼ ਹਾਇਰ ਦੈਨ ਜਸਟ ਸੇਇੰਗ ਟਰੂਥ ਯੂ ਨੋ ਹਾਂਜੀ ਕੈਰੈਕਟਰ ਵਾਰੇ ਐਬਸੋਲੂਟਲੀ ਓਕੇ ਹੁਣ ਜ਼ਫਰਨਾਮੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹ ਇਸ ਪ੍ਰਤੀ ਕਿਵੇਂ ਤੁਹਾਡਾ ਸੋਚ ਹੋਈ ਕਿ ਜ਼ਫਰਨਾਮੇ ਨੂੰ ਅੱਜ ਦੇ ਕੰਟੈਕਸਟ ਵਿੱਚ ਲਿਆ ਕੇ ਨੌਜਵਾਨ ਪੀੜ੍ਹੀ ਅੱਗੇ ਲੈ ਕੇ ਆਏ ਤੁਸੀਂ ਆਪਾਂ ਦੋ ਹਫ਼ਤੇ ਪਹਿਲਾਂ ਮਿਲੇ ਸੀ ਜਦੋਂ ਕਾਨਫਰੰਸ ਹੋਣੀ ਸੀ ਗਦਰ ਕਾਨਫਰੰਸ ਸਰ ਅੰਜੀਤ ਕੋਰ ਸੰਧਰਾ ਤੇ ਸਤਵਿੰਦਰ ਕੋਰ ਉਹਨਾਂ ਨੇ ਕਰਾਉਣੀ ਸੀ ਹਾਂਜੀ ਉਦੋਂ ਮੈਨੂੰ ਉਹਨਾਂ ਨੇ ਪੁੱਛਿਆ ਕਿ ਤੁਸੀਂ ਵੀ ਕੋਈ ਚੀਜ਼ ਤਿਆਰ ਕਰਿਓ ਹਮਮ ਤੇ ਮੈਂ ਸੋਚਣ ਲੱਗਿਆ ਕਿ ਨਾ ਮੈਂ ਕੋਈ ਅਕਾਡੈਮਿਕ ਐ ਕੋਈ ਇਹੋ ਜਿਹਾ ਨਹੀਂ ਆਮ ਕੰਮ ਕਰਨਾ ਇਨਸਾਨ ਐ ਤੇ ਮੈਂ ਕੀ ਕੰਟ੍ਰਿਬਿਊਟ ਕਰ ਸਕਦਾ ਮੈਂ ਫਿਰ ਗਦਰਾਂ ਦੀ ਪੋਥਰੀ ਜਦੋਂ ਪੜ੍ਹੀ ਖਾਸ ਕਰਕੇ ਕਰਤਾਰ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਬਾ ਦੀ ਤੇ ਮੈਂ ਦੇਖਿਆ ਕਿ ਹਾਂ ਲੋਕ ਇਹਨਾਂ ਨੂੰ ਕਾਮਿਊਨਿਸਟ ਕਹਿੰਦੇ ਆ ਕਿ ਜਾਂ ਏਪੀਥੀਸਟ ਕਹਿ ਦੇ ਰੱਬ ਨੂੰ ਨਹੀਂ ਮੰਨਦੇ ਜੀ ਪਰ ਇਸੇ ਤੇ ਰੱਬ ਤਾਂ ਕਾਫੀ ਆ ਰਿਹਾ ਬਿਲਕੁਲ ਤੇ ਫਿਰ ਜੇ ਤੁਮ ਗੁਰਬਾਣੀ ਨਾਲ ਹੂੰ ਹੂੰ ਸੋਚਿਆ ਉਸ ਤਰੀਕੇ ਨਾਲ ਦੇਖਿਆ ਤੇ ਜ਼ਫਰਨਾਮਾ ਨਾਲ ਤੇ ਹੋਰ ਗੁਰੂਆਂ ਦੇ ਲੇਖਾਂ ਨਾਲ ਬੜਾ ਮਿਲਾ ਪਾਇਆ ਕਿ ਜਿਵੇਂ ਇੱਕ ਗੁਰੂ ਨੇ ਆਪਣੇ ਸਿੱਖ ਨੂੰ ਇਨਸਪੀਰੇਸ਼ਨ ਦਿੱਤੀ ਹੁੰਦੀ ਹੈ ਹੂੰ ਹੂੰ ਤੇ ਸਿਰਫ ਗਦਰ ਉਦੋਂ ਸੋਚੇ ਕਿ ਗਦਰ ਲਹਿਰ ਉਦੋਂ ਹੀ ਨਹੀਂ ਸ਼ੁਰੂ ਹੋਈ 100 ਸਾਲ ਪਹਿਲਾਂ ਸਗੋਂ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ ਹੋਈ ਹੈ ਇਹੋ ਜੀ ਜੀ ਹਾਂ ਜੀ ਇਹ ਵੀ ਇੱਕ ਆਪਣੀ ਆਪਣੇ ਧਰਮ ਦੀ ਖਾਸੀਅਤ ਹੈ ਕਿ ਹਕੂਮਤ ਨੂੰ ਚੈਲੰਜ ਦੇਣਾ ਰਾਈਟ ਹਾਂ ਜੀ ਮੁੱਢ ਤੋਂ ਹੀ ਵਿੱਚ ਬਣੇ ਹੋਇਆ ਆਪਣਾ ਬਿਲਕੁਲ ਜੀ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜੋ ਜਾਬਰ ਕਿਹਾ ਸੀ ਤਾਂ ਉਸ ਤੋਂ ਹੀ ਜਿਹੜਾ ਸੀ ਉਹਨਾਂ ਨੇ ਸੱਚ ਲਈ ਹਮੇਸ਼ਾ ਹੀ ਆਵਾਜ਼ ਸਿੱਖ ਉਠਾਉਂਦਾ ਆਇਆ ਹੈ ਬਿਲਕੁਲ ਜੀ ਸੋ ਜਫਰਨਾਮੇ ਦੀ ਜਦੋਂ ਗੱਲ ਕਰਦੇ ਆ ਤੇ ਇਹਦੇ ਸਬੰਧ ਵਿੱਚ ਸਾਨੂੰ ਦੱਸੋ ਕਿ ਕਿਹੜੀ ਚੀਜ਼ ਇਹਨਾਂ ਅਚੋਸੀਂ ਡਿਡੈਕਟ ਕਰ ਸਕਨੇ ਆ ਇਸ ਜਿਹੜੀ ਇੱਕ ਲੈਟਰ ਹੈਗੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਲਿਖੀ ਸੀ ਤੇ ਚੋ ਕੀ ਬੇਸਿਕ ਤੁਹਾਡਾ ਫੋਕਸ ਕੀ ਹੋਏਗਾ ਅੱਜ ਅੱਜ ਇਸ ਤਰ੍ਹਾਂ ਫੋਕਸ ਹੈ ਜਦੋਂ ਪਿਛਲੀ ਵਾਰ ਆਪਾਂ ਮਿਲੇ ਸੀ ਤੁਸੀਂ ਮੈਂ ਇੱਕ ਪੰਡਿਤ ਰਾਮ ਪ੍ਰਸਾਦ ਬਿਸਮਲ ਦੀ ਗੱਲ ਕੀਤੀ ਸੀ ਕਿ ਸ਼ਹੀਦਾਂ ਦੀ ਚਿਤਾਵਾਂ ਪਰ ਲੱਗेंगे ਹਰ ਬਰਸ ਮਿਲੇ ਵਤਨ ਪਰ ਮਿਟਾਣੇ ਵਾਲੇ ਕਾ ਯਹੀ ਬਾਕੀ ਨਿਸ਼ਾਨ ਹੋਗਾ ਜੀ ਤੇ ਤੁਸੀਂ ਮੈਨੂੰ ਪੁੱਛਿਆ ਸੀ ਕਿ ਪੁੱਛਿਆ ਨਹੀਂ ਸੀ ਕਿ ਸੋ ਕਮੈਂਟ ਅੱਛੀ ਦਿੱਤੀ ਸੀ ਕਿ ਆਪਾਂ ਮੇਲੇ ਤੇ ਹਰ ਸਾਲ ਵਾਕਈ ਲੱਗਦੇ ਪਰ ਆਪਾਂ ਉਹ ਤੋਂ ਵਾਪਸ ਕੀ ਲੈ ਜਾਣੇ ਆ ਬਾਅਦ ਵਿੱਚ ਮੈਂ ਥੋੜੀ ਜਿਹੀ ਸੋਚਿਆ ਉਹਦੇ ਬਾਰੇ ਕਿ ਗੱਲ ਤਾਂ ਠੀਕ ਹੈ ਆਪਾਂ ਕੀ ਲੈ ਕੇ ਜਾਣੇ ਆ ਆਪਣਾ ਹੁਣ ਹਾਲਾਤ ਕੀ ਹੈ ਆਪਣੇ ਸਿੱਖਾਂ ਦਾ ਖਾਸ ਕਰਕੇ ਯੂਥ ਜਿਹੜੇ ਇੱਥੇ ਜੰਮੇ ਪਲੇ ਆ ਜਾਂ ਛੋਟੀ ਉਮਰ ਵਿੱਚ ਆਏ ਆ ਤੇ ਉਹਦੇ ਬਾਰੇ ਸੋਚਦੇ ਸੋਚਦੇ ਮੈਨੂੰ ਲੱਗਿਆ ਕਿ ਸ਼ਾਇਦ ਆਪਾਂ ਨੂੰ ਇੱਕ ਕਦਮ ਪਿੱਛੇ ਹੀ हटना पवेगा क्योंकि यह right. मेले वाकई मेले रह गए mm -hmm. शहीद घटते गुरपुरब कर लग पे जो करन लग पे नगर कीर्तन कर लग पे पर वो एक तरह मेले बनाते पर जिस चीज़ को आप याद करना वो भी याद छट गए so बिल्कुल right. बिल्कुल हम ये आप चाहे कह दो कि अपने सिख पॉलटिक्स करके जो आउटसाइड इनफलूएंस जिस तरह आप मीडिया देखिए जे कोई ક્રાઈમ ਹੁੰਦਾ ਜਿਹਦੇ ਵਿੱਚ ਸਿੱਖ ਇਨਵੋਲਡ ਹੈ ਹਮੇਸ਼ਾ ਤਰ੍ਹਾਂ ਦੇ ਨਾਮ ਦਿੱਤਾ ਜਾਉ ਸਿੱਖ ਕਿਹਾ ਜਾਉ ਇੰਗਲਿਸ਼ মিডিਆ ਵਿੱਚ ਵੀ ਆਪਣੀ ਪੰਜਾਬੀ মিডিਆ ਵਿੱਚ ਵੀ ਕੇ ਬਰੀ ਦੇਖਿਆ ਜੇ ਕੋਈ ਹੋਰ ਮਜਬ ਦੇ ਇਨਸਾਨ ਤੋਂ ਕੋਈ ਕ੍ਰਾਈਮ ਹੁੰਦਾ ਕਦੇ ਨਹੀਂ ਤੁਸੀਂ ਦੇਖੋਗੇ 크੍ਰਿਸਚੀਅਨ ਜੀ ਜਾਂ ਜੂਸ਼ ਕੋਈ ਸੇ ਹੋ ਜਾ ਸੋ মিডিਆ ਕਰਕੇ ਵੀ ਆਪਣੇ ਤੇ ਅਸਰ ਪੈ ਰਿਹਾ ਜੀ ਇੱਕ ਇਥੇ ਆ ਕੇ ਆਪਣੇ ਘਰਾਂ ਦੇ ਹਾਲਾਤਾਂ ਕਰਕੇ ਕਿ ਕੰਮ ਕਰਨਾ ਪੈਂਦਾ ਸੈੱਟ ਹੋਣਾ ਪੈਂਦਾ ਹੈ ਬੱਚਿਆਂ ਨੂੰ ਉਹ ਸਿੱਖਿਆ ਨਹੀਂ ਮਿਲਦੀ ਹਮਮ ਕਿ ਆਪਣਾ ਇਤਿਹਾਸ ਕੀ ਹੈ ਜੀ ਠੀਕ ਹੈ ਆਪਾਂ ਕਈ ਵਾਰੀ ਪੁੱਛੀਏ ਬੱਚਿਆਂ ਨੂੰ ਵੀ ਬੱਚਿਆਂ ਨੂੰ ਵੀ ਕਿ ਵੱਡਿਆਂ ਨੂੰ ਵੀ ਜਿਹੜੇ ਇੱਥੇ ਪਲੇ ਹੈ ਹਮਮ ਉਹ ਦਸਾਂ ਗੁਰਾਂ ਦੇ ਨਾਂ ਵੀ ਨਹੀਂ ਦੇ ਸਕਦੇ ਪਰ ਪੰਜ ਹਾਂਜੀ ਉਹਨਾਂ ਦੇ ਨਾਂ ਹੀ ਦੇ ਸਕਦੇ ਬੇਸਿਕ ਸੀ ਸਾਨੂੰ ਪਤਾ ਬਿਲਕੁਲ ਹਮਮ ਸੋ ਮੈਨੂੰ ਲੱਗੇ ਕਿ ਆਪਾਂ ਇੱਕ ਸਟੈਪ ਪਿੱਛੇ ਲਈਏ ਤੇ ਦੇਖੀਏ ਕਿ ਜਿਹੜਾ ਅੱਜ ਆਪਾਂ ਹੁਣ ਇੱਥੇ ਬੈਠੇ ਆਂ ਹਮਮ ਇਨੇ ਆਰਾਮ ਨਾਲ ਅੱਪ ਬੈਠੇ ਆ ਉਹ ਕੀ ਤੁਸੀਂ ਹੈ ਕੀ ਸੈਕਰੀਫਾਈਸਿਸ ਵਿੱਚ ਦੀ ਨੰਗ ਕੇ ਇਥੋਂ ਪਹੁੰਚਣਾ ਪਿਆ ਠੀਕ ਤੇ ਪਹਿਲਾਂ ਇਹ ਤਾਂ ਗੁਰੂ ਨਾਨਕ ਦੇਵ ਜੀ ਤੋਂ ਹੀ ਸ਼ੁਰੂ ਹੁੰਦਾ ਹੈ ਜੀ ਕਿਉਂਕਿ ਉਹਨਾਂ ਦੇ ਸਮੇਂ ਦੇ ਵਿੱਚ ਪੰਜ ਵਾਰ ਹੋਇਆ ਇਨਵੇਜਨ ਇੰਡੀਆ ਦੇ ਵਿੱਚ ਜੀ ਪੰਜਾਬ ਵਿੱਚ ਖਾਸ ਕਰਕੇ ਖਾਈਬਰ ਪਾਸ ਕਰਕੇ ਉਹਦੇ ਵਿੱਚ ਦੀ ਆਉਂਦੇ ਹੁੰਦੇ ਸੀਗੇ ਤੇ ਪੰਜ ਵਾਰ ਹੋਇਆ ਉਹਨਾਂ ਨੇ ਆਪਦੇ ਬਾਬਰ ਬਾਣੀ ਵਿੱਚ ਵੀ ਚੈਲੰਜ ਉਥੇ دیتا ਹੂੰ ਹੂੰ ਉਥੋਂ ਹੀ ਦੱਸ ਦਿੰਦਾ ਕਿ ਉਹਨਾਂ ਨੇ ਇੱਕ ਰਿਲੀਜੀਅਸ ਫਿਗਰ ਨੇ ਪੋਲਿਟੀਕਲ ਸੈਂਸ ਦੇ ਵਿੱਚ ਉਹਦੇ ਵਿੱਚ ਜਾ ਕੇ ਗਲਤ ਕਹਿਤਾ ਜੀ ਤੇ ਉਹਨਾਂ ਨੇ ਸਿਰਫ ਇਹੀ ਨਹੀਂ ਕਿਹਾ ਕਿ ਚਲੋ ਰੱਬ ਦਾ ਬਾਣਾ ਹੈ ਰੱਬ ਨੇ ਜੋ ਕਰਨਾ ਉਹ ਕੀਤਾ ਉਹਨਾਂ ਨੇ ਇਹ ਆਪਾਂ ਨੂੰ ਸਮਝਾਇਆ ਕਿ ਇਹ ਤਾਂ ਹੁੰਦਾ ਇਹੋ ਜਿਹਾ ਕੁਝ ਕਿਉਂਕਿ ਜਿਹੜੇ ਸਾਰੇ ਪਾਰਟੀ ਇਨ ਪਾਵਰ ਹਾਂ ਉਹ ਦੋ ਪਾਵਰ ਕ੍ਰਾਪਟ ਜੀ ਹੋਗੇ ਸੀ ਰਾਈਟ ਚਾਹੇ ਬਾਬਰ ਦੇ ਮੁਗਲ ਜੋ ਆਗੇ ਸੀ ਚਾਹੇ ਜੋ ਇੰਡੀਆ ਦੇ ਉਸ ਵਕਤ ਦੇ ਰਾਜੇ ਸੀ ਉਹ ਆਮ ਗਰੀਬ ਦੇ ਆਮ ਇਨਸਾਨ ਤੇ ਸਾਰੇ ਕਰਨ ਲੱਗ ਪਏ ਸੀਗੇ ਦਬਾਉ ਉਤੋਂ ਹੀ ਆਪਣੀ ਇਹ ਗੱਲ ਫਿਰ ਸ਼ੁਰੂ ਹੁੰਦੀ ਹੈ ਕਿ ਗਦਰ ਰੈਵੋਲੂਸ਼ਨ ਰਾਈਟ ਕਿੱਥੋਂ ਆਉਂਦੀ ਹੈ ਹਾਂ ਤੇ ਆਪਣੇ ਵਿੱਚ ਸੰਤ ਸਿਪਾਹੀ ਦੀ ਗੱਲ ਅਸਲ ਦੇ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਦੇ ਥਾ ਗੁਰੂ ਗੋਬਿੰਦ ਸਿੰਘ ਦੇ ਸਮੇਂ ਦੇ ਵਿੱਚ ਨਾਂ ਦਿੱਤਾ ਗਿਆ ਰਾਈਟ ਪਰ ਉਹ ਸਿੱਖਿਆ ਮੁਢ ਤੋਂ ਹੀ ਗੁਰੂ ਨਾਨਕ ਸਾਹਿਬ ਤੋਂ ਹੀ ਚਲਦੀ ਹੈ ਬਿਲਕੁਲ ਜੀ ਰਾਈਟ ਹਾਂ ਜੀ ਕਿ ਆਪਾਂ ਰੱਬ ਦੇ ਨਾਲ ਜੁੜੀ ਹੋਈ ਹੈ ਪਰ ਆਪਣੇ ਚੇ ਹਿੰਮਤ ਵੀ ਹੋਣੀ ਚਾਹੀਦੀ ਹੈ ਕਿ ਜੇ ਕੋਈ ਗਲਤ ਚੀਜ਼ ਦੇ ਸਿਰੇ ਕੋਈ ਦਬਾਇਆ ਜਾ ਰਿਹਾ ਕਿ ਆਪਾਂ ਖੜ ਕੇ ਕਹਿ ਸਕੀਏ ਰਾਈਟ ਕਾ ਚੀਜ਼ ਗਲਤ ਹੈ ਕਿ ਹਿੰਮਤ ਹੋਣੀ ਚਾਹੀਦੀ ਹੈ ਠੀਕ ਜਿੱਦਾਂ ਮੈਂ ਹੱਲ ਲਿਖਿਆ ਸੀ ਗੁਰ ਜ਼ਫਰਨਾਮਾ ਤੇ ਕਰਤਾਰ ਸਿੰਘ ਸਰਾਬਵਾਰੇ ਮੈਨੂੰ ਯਾਦ ਆਇਆ ਗਿਆਨੀ ਦਿਆ ਸਿੰਘ ਜੀ ਦਿਲਬਰ ਦੀ ਇੱਕ ਕਹਾਵਤ ਜੀ ਤੇਗ ਵਿੱਚੋਂ ਪੈਦਾ ਹੋਇਆ ਗਾਤ ਰਚ ਤੇਗ ਰਖੇ ਬਾਟੇ ਵਿੱਚੋਂ ਰਗੜ ਪੀਤਾ ਖੰਡਾ ਤੇਰੇ ਖਾਲਸੇ ਨੇ ਹੂੰ ਹੂੰ ਇਥੋਂ ਆਪਾਂ ਦੇਖਦੇ ਕਿ ਜੋ ਆਪਾਂ ਹੈ ਜੋ ਆਪਣਾ ਪੰਜਾਬੀ ਅੰਦਰ ਸੁਭਾਅ ਹੈ ਜਿਸ ਤਰ੍ਹਾਂ ਆਪਾਂ ਪਲੇ ਹੈ ਇੱਕ ਕਿਸ ਤਰ੍ਹਾਂ ਆਯਾ ਤੇਗ ਮਤਲਬ ਸ਼ਮਸ਼ੀਰ ਜੀ ਕਿਉਂਕਿ ਆਪਣਾ ਖਾਈਬਰ ਪਾਸ ਦੇ ਹੋਂ ਕਰਕੇ ਨਾਲ ਜਦੋਂ ਦੁਸ਼ਮਣ ਆਉਂਦਾ ਸੀ ਉੱਥੋਂ ਦੂ ਹੀ ਆਉਂਦਾ ਸੀ ਰਾਈਟ ਸੋ ਆਪਾਂ ਨੂੰ ਪੈਦਾ ਹੋਣਾ ਪਿਆ ਇਸ ਤਰ੍ਹਾਂ ਲੜਾਈ ਦੇ ਵਿੱਚ ਜੰਗ ਜੰਗੀ ਮੈਦਾਨ ਵਿੱਚ ਜੀ ਉਹ ਪੈਦਾ ਹੋਤ ਗਏ ਠੀਕ ਹੈ ਪਰ ਆਪਸ ਵਿੱਚ ਦੀ ਲੜ ਦੇ ਲੜ ਦੇ ਲੜ ਦੇ ਲੜ ਦੇ ਹੋਰ ਕਰਾਪਸ਼ਨ ਹੁੰਦੀ ਰਹੀ ਹੋਰ ਦਬਾਅ ਪੈਂਦਾ ਰਿਹਾ ਤੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਵਿੱਚ ਫਿਰ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਇਹ ਦਿੱਤੀ ਸਿੱਖਿਆ ਕਿ ਆਪਾਂ ਅੰਦਰੋਂ ਵੀ ਸਾਫ਼ ਹੋਈਏ ਜੀ ਤੇ ਜੇ ਅੰਦਰੋਂ ਸਫਾਈ ਹੋ ਉਦੋਂ ਬਾਹਰਲੇ ਨੂੰ ਕਿਸੇ ਨੂੰ ਦਬਾਵਾਂਗੇ ਨਹੀਂ ਰਾਈਟ ਉਦੋਂ ਕੈਰੈਕਟਰ ਨਾਲ ਜਿਉਂਦੀ ਲੋੜ ਪਉ ਹਮ ਹਮ ਸੋ ਉਤੋਂ ਮੇਰਾ ਇਧਰ ਵਾਲਾ ਖਿਆਲ ਪਿਆ ਹਮ ਹਮ ਤੇ ਜਿਸ ਤਰ੍ਹਾਂ ਗਦਰਾਂ ਵਾਰੇ ਸੀ ਬ੍ਰਿਟਿਸ਼ ਰਾਜ ਜੋ ਸੀ ਕੋਈ ਬਹੁਤ ਹੀ ਚੰਗਾ ਜਾਂ ਨੇਕ ਜਾਂ ਹਿਮੈਨਿਟਰੀਅਨ ਤਾਂ ਕਹਿ ਨਹੀਂ ਸਕਦੇ ਆਪਾਂ ਨੂੰ ਜੋ ਹਿਸਟਰੀ ਪੜਦੇ ਆਂ ਜੋ ਦੇਖਦੇ ਆਂ ਆਪ ਨੂੰ ਪਤਾ ਹੀ ਹੈ ਕਿ ਉਹਨਾਂ ਨੇ ਕੀ ਜ਼ੁਲਮ ਕੀਤੇ ਜੀ ਕਿੰਨੇ ਜ਼ਿਆਦਾ ਕੀਤੇ ਤੇ ਗਦਰ ਪਾਰਟੀ ਕਿਸ ਤਰ੍ਹਾਂ ਸ਼ੁਰੂ ਹੋਈ ਇਹਦੇ ਬਾਰੇ ਤਾਂ ਹੁਣ ਸੋ ਕਾਫੀ ਜ਼ਿਆਦਾ ਪਿਛਲੇ ਕੁ ਹਫ਼ਤਿਆਂ ਦੇ ਵਿੱਚ ਜੀ ਜੀ ਜ਼ਿਕਰ ਹੋ ਗਿਆ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਹੀ ਤਾਂ ਬਾਬਰਬਾਨੀ ਚ ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀ ਸ਼ੁਰੂ ਕੀਤਾ ਜੀ ਤੇ ਇੱਕ ਵਾਰ ਨਹੀਂ ਕਾਫੀ ਸ਼ਬਦ ਲਿਖਿਆ ਹੈ ਇਹ ਸਬਜੈਕਟ ਤੇ ਤੇ ਹੁੰਦਾ ਜੇ ਸਖਤ ਜੇ ਸਖਤੇ ਕੋ ਸਖਤਾ ਮਾਰੇ ਤੇ ਮਨ ਰੋਸ ਨਾ ਹੋਈ ਜੇ ਇੱਕ ਤਕੜਾ ਦੂਸਰੇ ਤਕੜੇ ਨਾਲ ਟਕਰ ਲੈਂਦਾ ਨਾ ਫੇਰ ਨਹੀਂ ਰਾਈਟ ਫੇਰ ਨਹੀਂ ਮਨ ਉਦਾਸ ਹੁੰਦਾ ਮਨ ਡੋਲਦਾ ਪਰ ਜਦੋਂ ਕੋਈ ਇੱਕ ਗਰੀਬ ਤੇ ਜਾਂ ਕਮਜ਼ੋਰ ਤੇ ਕਰੇ ਨਾ ਵਿਚਾਰ ਕਰੇ ਜੀ ਹਾਂਜੀ ਉਦੋਂ ਫੇਰ ਉਹ ਤਕੜੇ ਨੂੰ ਵੀ ਜਵਾਬ ਦੇਣਾ ਪੈਂਦਾ ਹੈ ਆਪਦੇ ਆਨਸਰ ਕਰਨੀ ਪੈਂਦੇ ਐ ਐਕਸ਼ਨਸ ਨੂੰ ਰਾਈਟ ਸੋ ਉ ਤੋਂ ਆਪਣ ਨੂੰ ਦੱਸਦਾ ਕਿ ਆਪਕਿਸੇ ਤੇ ਜ਼ੁਲਮ ਨਹੀਂ ਕਰਨਾ ਜੇ ਤਾਕਤ ਹੈ ਹੂੰ ਹੂੰ ਆਪਾ ਜ਼ੁਲਮ ਨਹੀਂ ਕਰਨਾ ਤਾਕਤ ਆਪਣੇ ਸਾਰਿਆਂ ਦੇ ਵਿੱਚ ਹੈ ਜੀ ਠੀਕ ਹੈ ਜੇ ਮੈਂ ਕਿਸੇ ਨਾਲ ਜਾ ਕੇ ਲੜੂ ਹੂੰ ਹੂੰ ਮੇਰੇ ਤੋਂ ਕਿਤੇ ਕਿੰਨੇ ਵੱਡੇ ਹੈ ਜੋ ਮੇਰੇ ਨਾਲ ਲੜਨਗੇ ਹੂੰ ਹੂੰ ਜੋ ਮੈਨੂੰ ਦਬਾ ਲੈਣਗੇ ਜੀ ਸੋ ਕਾਫੀ ਇਥੋਂ ਬਿਗਨਿੰਗ ਤੋਂ ਹੀ ਆਪਣਾ ਸ਼ੁਰੂ ਹੋ ਗਿਆ ਹੂੰ ਹੂੰ ਇਹ ਤੇ ਲੰਗਰ ਦਾ ਮਰਿਆਦਾ ਵੀ ਉਥੋਂ ਗੁਰੂ ਨਾਨਕ ਦੇਵ ਜੀ ਤੋਂ ਕਿ ਸਾਰੇ ਆਪਾਂ ਇਕੱਠੇ ਬਹਿ ਕੇ ਕਰਨਾ ਰਾਈਟ ਲੰਗਰ ਸਕਣਾ ਹੈ ਕੋਈ ਜਾਤ ਪਾਤ ਨਹੀਂ ਇਹ ਸਭ ਗੱਲਾਂ ਦੂਰ ਕਰਤੀਆਂ ਰਾਈਟ ਖੈਰ ਹੋਣ ਆਪਣੇ ਹੋਂ ਦੇ ਸਮੇਂ ਦੇ ਵਿੱਚ ਆਪ ਜੀ ਦੇਖੀ ਜਿਵੇਂ ਮੈਂ ਕਹਿ ਰਿਹਾ ਸੀ ਕਿ ਆਪਾਂ ਇੱਕ ਕਦਮ ਪਿੱਛੇ ਜਾਣਾ ਪਊ ਸਮਝਣ ਨੂੰ ਕਿ ਆਪਾਂ ਕਿੱਥੇ ਆ ਇੱਥੇ ਆਪਾਂ ਦੇਖਨੇ ਕਿ ਕਈ ਚੀਜ਼ਾਂ ਇਹ ਜਾਤ ਪਾਤ ਵਾਲੀ ਗੱਲ ਕੀ ਭਰਮ ਅਨਜਾਨ ਵਿੱਚ ਬੇਸਕਦੀ ਆਪਣੇ ਵਿੱਚ ਰਲ ਗਏ ਬਿਲਕੁਲ ਜੀ ਉਹ ਚੀਜ਼ਾਂ ਜਿਨ੍ਹਾਂ ਤੋਂ ਸਾਨੂੰ ਰੋਕਿਆ ਗਿਆ ਅੱਜ ਸ਼ਾਇਦ ਅਸੀਂ ਅਗਿਆਨਤਾ ਵਿੱਚ ਹੀ ਉਹ ਸਭ ਕੁਝ ਕਰਦੇ ਜਾ ਰਹੇ ਹਾਂ ਜਾਂ ਜਾਣ ਬੁੱਝ ਕੇ ਅਸੀਂ ਕਰਦੇ ਜਾ ਰਹੇ ਹਾਂ ਇਹ ਤਾਂ ਅਸੀਂ ਨਹੀਂ ਕਹਿ ਸਕਦੇ ਪਰ ਇਹ ਚੀਜ਼ਾਂ ਪਾਰੂ ਹੁੰਦੀਆਂ ਜਾ ਰਹੀਆਂ ਇਸ ਬਾਰੇ ਹੋਰ ਗੱਲਬਾਤ ਕਰਨੀ ਚਾਹੀਦੀ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਅਮਨਦੀਪ ਸਿੱਧੂ ਜੀ ਸਾਡੇ ਨਾਲ ਅੱਜ ਗੱਲਬਾਤ ਕਰ ਰਹੇ ਨੇ ਤੇ ਸਾਨੂੰ ਦੱਸ ਰਹੇ ਨੇ ਕਿ ਕਿਸ ਤਰੀਕੇ ਨਾਲ ਜੋ ਜ਼ਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਸੀ ਉਸਦੇ ਪਹਿਲਾਂ ਹੀ ਇੱਕ ਸੋਚ ਜਿਹੜੀ ਸੀ ਵੱਖਰੀ ਕਿਸਮ ਦੀ ਸੋਚ ਉਹ ਗੁਰੂ ਨਾਨਕ ਸਾਹਿਬ ਨੇ ਉਸ ਦੀ ਨਹੀਂ ਜੜੀ ਸੀ ਰੱਖ ਦਿੱਤੀ ਸੀ ਪਰ ਹੌਲੀ ਹੌਲੀ ਬਾਕੀ ਵੀ ਜਿਹੜੇ ਗੁਰੂ ਆਏ ਉਸ ਨੂੰ ਹੋਰ ਮਜ਼ਬੂਤ ਕਰਦੇ ਰਹੇ ਤੇ ਅਲਟੀਮੇਟਲੀ ਗੁਰੂ ਗੋਬਿੰਦ ਸਿੰਘ ਜੀ ਨੇ 10ਵੇਂ ਜਾਮੇ ਦੇ ਵਿੱਚ ਜੋ ਹੈ ਉਹ ਜ਼ਫਰਨਾਮਾ ਲੈ ਕੇ ਇਹ ਦੁਬਾਰਾ ਤੋਂ ਇੱਕ ਜਿਹੜਾ ਇੱਕ ਆਈਡੈਂਟੀਟੀ ਸੀ ਸਿੱਖਾਂ ਦੀ ਅਤੇ ਜੋ ਸੋਚ ਸੀ ਉਸ ਨੂੰ ਹੋਰ ਮਜ਼ਬੂਤ ਕੀਤਾ ਉਸੀ ਸੰਬੰਧ ਵਿੱਚ ਹੋਰ ਗੱਲਬਾਤ ਕਰਦੇ ਹਾਂ ਜੀ ਹਾਂਜੀ ਤਾਂ ਹੋਰ ਗੁਰੂਆਂ ਦੇ ਬਾਰੇ ਵਿੱਚ ਜਦੋਂ ਗੱਲ ਕਰਦੇ ਗੁਰੂ ਨਾਨਕ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ ਸੀ ਕਿ ਬਾਕੀ ਬਾਅਦ ਵਿੱਚ ਗੁਰੂ ਅੰਗਦ ਸਾਹਿਬ ਆਏ ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਅਮਰਦਾਸ ਜੀ ਸਾਰੇ ਗੁਰੂਆਂ ਨੇ ਜੋ ਹੈ ਇਹ ਇੱਕ ਉਸ ਥਾਟ ਨੂੰ ਕੰਟੀਨਿਊ ਰੱਖਿਆ ਨਾ ਕਿ ਉਸ ਨੂੰ ਕੋਈ ਚੇਂਜ ਕਰਕੇ ਸੋ ਉਹਦੇ ਬਾਰੇ ਜਦੋਂ ਇਹ ਕਲਮਿਨੇਟ ਹੋਇਆ ਜ਼ਫਰਨਾਮੇ ਵਿੱਚ ਇਹ ਸਫ਼ਰ ਜਿਹੜਾ ਸੀ ਇਸ ਬਾਰੇ ਕੁਝ ਆਪਣੇ ਕੋਲ ਇਨਫੋਰਮੇਸ਼ਨ ਨਹੀਂ ਹੈ ਇਸ ਸਫ਼ਰ ਦੇ ਵਿੱਚ ਆਪਣੇ ਸਮਝ ਲੋ ਕਿ ਸ਼ਹੀਦ ਅੰਦਰ ਸਾਹਿਬ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਅ ਬਿੱਦ ਚੰਦੂ ਦਿਵਾਨ ਵੱਲੋਂ ਝੂਠੇ ਇਲਜ਼ਾਮ ਲਵਾ ਕੇ ਜਹੰਗੀਰ ਨੇ ਤਕਤੀ ਤਵੀ ਤੇ ਬਿਠਾਇਆ ਹੋਰ ਤਸੀਹੇ ਦਿੱਤੇ ਪਰ ਗੁਰੂ ਅਰਜਨ ਦੇਵ ਜੀ ਨੇ ਇੱਕ ਵਾਰ ਵੀ ਨਹੀਂ ਹਾਇਕਿਆ ਜਾਂ ਕਿ ਡਿਗੇ ਨਹੀਂ ਆਪ ਕਿ ਮੈਨੂੰ ਬਖਸ਼ ਦੋ ਕਿਉਂਕਿ ਉਹਨਾਂ ਨੇ ਕੁਝ ਗਲਤ ਨਹੀਂ ਸੀ ਕੀਤਾ ਉਹਨੂੰ ਪਤਾ ਸੀ ਮਨ ਵਿੱਚ ਤਕੜੇ ਸੀ ਕਿ ਗਲਤ ਗਲਤੀ ਨਹੀਂ ਕੀਤੀ ਜੀ ਤੇ ਮੈਂ ਸਹੀ ਹਾਂ ਮੈਂ ਕਿਉਂ ਮੈਂ ਕਿਉਂ ਡਿਗਾ ਮਰਨ ਤਾਂ ਸਭ ਬੰਦੇ ਨੇ ਹੀ ਹੈ ਜੀ ਜੀ ਤੇ ਸਹਨਾ ਹੈ ਗੁਰੂ ਅਰਜਨ ਦੇਵ ਜੀ ਵਿੱਚ ਬੇਸ਼ੱਕ ਇਹ ਸ਼ਕਤੀ ਸੀ ਵੀ ਕਿ ਏਟ ਏਟ ਹਲਾ ਦਿੰਦੇ ਠੀਕ ਹੈ ਟਕਰਾ ਦਿੰਦੇ ਪਰ ਉਹਨਾਂ ਨੇ ਇਹ ਆਪਾਂ ਨੂੰ ਐਗਜ਼ਾਮਪਲ ਦੇਣਾ ਸੀ ਕਿਉਂਕਿ ਆਪਣੇ ਚੋਹ ਨਹੀਂ ਜਿਆਦਾ ਸ਼ਕਤੀ ਨਹੀਂ ਹੈ ਜੋ ਗੁਰੂ ਸਹਿਬਾਨ ਚ ਸੀ ਜੀ ਇਹ ਆਪਾਂ ਨੂੰ ਦਿਖਾਉਣਾ ਸੀ ਕਿ ਜੋ ਵੀ ਤੁਸੀਂ ਇਹ ਆਪਾਂ ਨੂੰ ਸਹਨੇ ਪੈਣੇ ਆ ਸਹੋ ਪਰ ਆਪਣਾ ਮਨ ਆਪਣੇ ਖਿਆਲ ਉਹ ਪਿਓਰ ਰੱਖੋ ਉਹਨਾਂ ਦੇ ਵਿੱਚ ਨਾ ਆਉਣ ਦੋ ਕੋਈ ਤਫਤੀਲੀ ਹੂੰ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੇ ਕਹੇ ਤੋਂ ਜੀ ਉਹਨਾਂ ਦੇ ਅਪੀਲ ਤੋਂ ਅਰੰਗਜੈਬ ਨੂੰ ਚੈਲੰਜ ਕੀਤਾ ਕਿ ਜੇ ਮੈਨੂੰ ਕਰ ਦੋਗੇ ਕਨਵਰਟ ਸਾਰਾ ਹਿੰਦੁਸਤਾਨ ਮੇਰੇ ਪਿੱਛੇ ਹੋ ਜਾ ਜੀ ਸਾਰਾ ਪਿੱਛੇ ਇਸਲਾਮ ਕਬੂਲ ਕਰ ਲੂ ਤੇ ਉਹ ਗਏ ਆਪਦੇ ਨਾਲ ਪੰਜ ਸਿੱਖ ਗਏ ਉਹਨਾਂ ਦੇ ਪਰ ਉਹਨਾਂ ਨੇ ਵੀ ਆਪਦੇ ਤਾਕਤ ਰੱਖੀ ਤੇ ਸਿਹ ਸਿਹ ਸਹੀਦੀਆਂ ਪ੍ਰਾਪਤ ਕੀਤੀਆਂ ਪਰ ਆਪਣਾ ਖਿਆਲ ਨਹੀਂ ਬਦਲਿਆ ਜੀ ਕਿਉਂਕਿ ਖਿਆਲ ਸੇ ਹੀ ਸੀਗਾ ਇੱਥੇ ਆਪਾਂ ਦੇਖੀ ਗੁਰੂ ਨਾਨਕ ਤੋਂ ਲੈ ਕੇ ਇੱਥੋਂ ਤੱਕ ਹੁਣ ਆਪਾਂ ਕੀ ਸਿੱਖੇ ਆ ਕਿ ਸਿੱਖ ਨੂੰ ਗੁਰੂ ਸਹਿਬਾਨ ਨੇ ਦਿੱਤੀ ਹੈ ਬੁੱਧੀ ਜੀ ਕ੍ਰਿਟੀਕਲ ਥਿੰਕਿੰਗ ਕਹਾ ਦੋ ਹੁਣ ਜੋ ਅੱਜ ਆਪਾਂ ਸ਼ਾਇਦ ਗਵਾ ਚੁੱਕੇ ਆ ਕ੍ਰਿਟੀਕਲ ਥਿੰਕਿੰਗ ਵਿੱਚ ਇਸ ਤਰ੍ਹਾਂ ਆਇਆ ਕਿ ਦੁੱਧ ਤੇ ਪਾਣੀ ਦਾ ਫਰਕ ਬਿਲਕੁਲ ਦੇਖ ਸਕੀਆ ਪਰਖ ਸਕੀਆ ਆਪਣੇ ਮਨ ਵਿੱਚ ਸੋਚ ਸਕੀਏ ਜੀ ਗੁਰੂਆਂ ਨੇ ਆਪਣੀ ਬਾਣੀ ਦੇ ਵਿੱਚ ਵੀ ਇਹ ਦੱਸਿਆ ਸਗੋ ਕਿ ਬਾਣੀ ਪੜ੍ਹ ਕੇ ਸਿਰਫ ਮੰਨੀ ਨਾ ਲਓ ਕਿ ਹਾਂ ਬਾਣੀ ਠੀਕ ਹੈ ਚੋ ਗੱਲ ਠੀਕ ਹੈ ਜਾਓ ਹੂੰ ਹੂੰ ਸਗੋ ਸਮਝੋ ਤੇ ਜਦੋਂ ਸਮਝੋਗੇ ਉਦੋਂ ਆਤਮਾ ਆਪੇ ਹੀ ਮੰਨਣ ਤੇ ਆਊਗੀ ਕਿ ਹਾਂ ਇਹ ਠੀਕ ਹੈ ਬਿਲਕੁਲ ਜਦੋਂ ਕੋਈ ਖੋਰ ਆਪਾਂ ਦੇਖਨੇ ਕੋਈ ਰੀਤ ਰਿਵਾਜ ਜਾਂ ਕੁਝ ਜੋ ਗਲਤ ਹੈ ਕਿ ਆਪਾਂ ਪਰਖ ਸਕੀਏ ਆਪਣੀ ਬੁੱਧੀ ਵਰਤ ਸਕੀਏ ਕਿ ਇਹੀ ਨਾ ਮੰਨ ਲਈਏ ਕਿ ਚਲੋ ਜੇ ਦੂਜਾ ਕੋਈ ਮੜੀ ਇਮਸਾਨ ਤੇ ਮੱਥਾ ਟੇਕਦਾ ਆਪਾਂ ਵੀ ਜਾ ਕੇ ਟੇਕਣਾ ਹੈ ਆਪਣਾ ਤਾਂ ਸਿਰ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕਦਾ ਹੈ ਬਿਲਕੁਲ ਨਮਿੰਦੀ ਤੁਸੀਂ ਸਹੀ ਕਿਹਾ ਕਿ ਇਹ ਅੱਜ ਜੋ ਕ੍ਰਾਈਸਿਸ ਅਸੀਂ ਦੇਖ ਰਹੇ ਹਾਂ ਕਿ ਅੱਜ ਲਿਪ ਸਰਵਿਸ ਜ਼ਿਆਦਾ ਹੋ ਰਹੀ ਹੈ ਤੇ ਜਿਹੜਾ ਜੋ ਅਸੈਂਸ ਸੀ ਉਸ ਨੂੰ ਸੀ ਨਹੀਂ ਸਮਝ ਸਕ ਰਹੇਗੇ ਜਾਂ ਅਸੀਂ ਸਮਝਣਾ ਨਹੀਂ ਚਾਹਦੇ ਅਗੇਨ ਉਹੀ ਗੱਲ ਆ ਵੀ ਕਿ ਵੱਖਰਾ ਟਾਪਿਕ ਕਿਉਂ ਨਹੀਂ ਕਰਦੇ ਅਗੇਨ ਵੀ ਡੇਲਵ ਇਨ ਟੂ ਸਮਥਿੰਗ ਡਿਫਰੈਂਟ ਬਟ ਯੂ ਆਰ ਵੈਰੀ ਰਾਈਟ ਕਿ ਹਮੇਸ਼ਾ ਹੀ ਟੂ ਸਟੈਂਡ ਫॉर ਜਸਟਿਸ ਨਾਟ ਓਨਲੀ ਫॉर ਯੂਰਸੈਲਫ ਤੇ ਦੂਸਰਿਆਂ ਵਾਸਤੇ ਵੀ ਹਮੇਸ਼ਾ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨਾ ਇਹੀ ਸਿੱਖੀ ਦਾ ਸਿਧਾਂਤ ਹੈਗਾ ਸੀ ਇਹੀ ਮਿਹਨਤ ਸਿਧਾਂਤ ਹੈ ਤੇ ਇਹੀ ਆਪਾਂ ਗਵਾ ਚੁੱਕੇ ਹਾਂ ਰਾਈਟ ਅੱਜ ਤੇ ਇਹ ਵਰ ਸਵਾਲ ਹੁੰਦਾ ਕਿ ਜੋ ਅੱਜ ਦੀ ਯੂਥ ਹੈ ਉਹ ਕਿਉਂ ਨਹੀਂ ਸਿੱਖ ਧਰਮ ਦੇ ਵਿੱਚ ਆਉਂਦੀ ਜੀ ਇੱਕ ਤਾਂ ਮੈਂ ਜੇ ਸਾਫ਼ ਗੱਲ ਕਰੀਏ ਇਹੀ ਕਹਿ ਦੇਣਾ ਕਿ ਆਪਣੇ ਜੋ ਗੁਰਦੁਆਰਿਆਂ ਦੇ ਪੋਲਿਟਿਕਸ ਇਥੋਂ ਤੱਕ ਰਿਹਾ ਬਿਛਲੇ 20 ਸਾਲਾਂ ਦੇ 30 ਸਾਲਾਂ ਦੇ ਵਿੱਚ ਉਹਨਾਂ ਨੇ ਗਮਰਾਹ ਕਰਤਾ ਠੀਕ ਚਾਹੇ ਇੰਡੀਆ ਚਾਹੇ ਇਥੇ ਕਿਉਂਕਿ ਆਪਾਂ ਅੱਜ ਵੀ ਜਾ ਕੇ ਕਮੇਟੀ ਵਿੱਚ ਦੇਖੀਏ ਯੰਗ ਮੁੰਡੇ ਤਾਂ ਮਿਲ ਜਾਣਗੇ ਸ਼ਾਇਦ ਜੀ ਪਰ ਕੁੜੀਆਂ ਆਪਣੀਆਂ ਜੋ ਇਥੇ ਬਾਦੋਂ ਇਹ ਪੜੀਆਂ ਸ਼ਾਇਦ ਆਪਣੇ ਨਾਲ ਜ਼ਿਆਦਾ ਪੜੀਆਂ ਹੋਣ ਉਹਨਾਂ ਨੂੰ ਕਿਸੇ ਨੇ ਕਦੇ ਰੀਚ ਆਊਟ ਕੀਤਾ ਕਿ ਗੁਰੂ ਘਰ ਦੇ ਵਿੱਚ ਆ ਕੇ ਸੋ ਆਪਦੀ ਵੀ ਆਵਾਜ਼ ਦੋ ਹੂੰ ਹੂੰ ਕਿਉਂਕਿ ਉਹਨਾਂ ਨੇ ਵੀ ਉਹਨਾਂ ਦਾ ਵੀ ਗੁਰੂ ਘਰ ਹੈ ਜੀ ਜੀ ਆਪਣੇ ਇਹੀ ਇੱਕ ਗੱਲ ਰਹਿ ਜਾਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਤੋਂ ਹੀ ਇੱਕ ਕੁਆਲਿਟੀ ਸ਼ੁਰੂ ਕੀਤੀ ਹੂੰ ਹੂੰ ਕਿ ਕੋਈ ਇਨਸਾਨ ਵਿੱਚ ਚਾਹੇ ਜਾਤ ਪਾਤ ਚਾਹੇ ਮਰਦ ਚਾਹੇ ਔਰਤ ਕੋਈ ਫਰਕ ਨਹੀਂ ਠੀਕ ਉਹ ਅੱਜ ਆਪਾਂ ਛੱਡਤੀ ਕਿੱਥੋਂ ਤੱਕ ਛੜਤੀ ਕਿਸਗੋਂ ਆਪਣੇ ਲੇਡੀਜ਼ ਕੁੜੀਆਂ ਜੋ ਐ ਸਮਝਦੀਆਂ ਕਿ ਆਪਾਂ ਨੂੰ ਨੀਵੇਂ ਦਿਖਾਇਆ ਜਾਂਦਾ ਹੈ ਇਹ ਆਪਣੇ ਧਰਮ ਵਿੱਚ ਨਹੀਂ ਇਸ ਸਿੱਖ ਧਰਮ ਦੀ ਗੱਲ ਨਹੀਂ ਇਹ ਦੂਸਰੇ ਰਿਵਾਜ ਜਾਂ ਦੂਸਰੇ ਟ੍ਰੈਡੀਸ਼ਨਜ਼ ਰੀਤੀਆਂ ਜੋ ਆ ਰਹੀਆਂ ਉਹਨਾਂ ਦਾ ਹੱਲ ਹੈ ਜੀ ਤੇ ਉਹ ਆਪਾਂ ਆਪਦੇ ਵਿੱਚ ਪਾ ਲਿਆ ਆਪਣੇ ਰੀਤਾਂ ਵਿੱਚ ਲੈ ਆਂਦਾ ਤੇ ਹੁਣ ਸਗੋਂ ਆਪਣਾ ਬਣ ਗਿਆ ਇਹ ਆਪਣੇ ਕਲਚਰ ਦਾ ਹੈ রাইਟ ਤੇ ਇਹ ਹੁਣ ਕਲਚਰ ਨੂੰ ਕਿਸ ਤਰ੍ਹਾਂ ਕੱਢਾਂਗੇ ਉਹ ਕੋਈ ਹੋਰ ਦਿਨ ਗੱਲ ਕਰਨੀ ਪਊ ਕਿਉਂਕਿ ਇਹ ਹੈ ਕਾਫੀ ਮੁਸ਼ਕਲ ਗੱਲ ਹੈ ਕਿ ਇਨੀ ਦੂਰ ਤੱਕ ਪਹੁੰਚ ਕੇ ਜੋ ਗੁਰੂ ਨਾਨਕ ਦੇਵ ਜੀ ਨੇ ਹੂੰ ਹੂੰ ਸ਼ੁਰੂ ਕੀਤਾ ਹੁਣ ਆਪਾਂ ਕਿੱਥੇ ਲਿਆ ਕੇ ਖੜਾ ਕਰਤਾ রাইਟ ਕਿਸ ਤਰ੍ਹਾਂ ਵਾਪਸ ਮੋੜਨਾ ਹੈ ਹੂੰ ਹੂੰ ਜੋ ਆਪਾਂ ਦੇਖੀਏ ਜ਼ਫਰਨਾਮਾ ਉਹ ਤੇ ਖਾਸ ਹੁੰਦਾ ਹੈ ਕਿ ਜਦੋਂ ਹਰ ਰਸਤਾ ਫੇਲ ਹੋ ਜਵੇ ਜੀ ਉਦੋਂ ਸ਼ਮਸ਼ੀਰ ਚੱਕਣੀ ਸਹੀ ਹੈ ਬਿਲਕੁਕੁਲ ਜੀ ਇਸੇ ਕਰਕੇ ਕਹਿੰਦੇ ਇੱਕ ਚੂਕਾਰ ਅੱਜ ਹਮੇ ਹਲਤੇਜ ਧਰਗੁਜਸ ਹਲਾਲ ਅਸਤ ਬੁਰਦਨ ਵਾਸ਼ਮ ਸ਼ੀਰ ਦਸਤੇ ਏਗੀ ਹਜੰਦਾ ਗਏ ਕਿ ਵਨ ਆਲ ਅਦਰ ਮੀਨਸ ਫੇਲ ਇਟ ਇਜ਼ ਬਸ ਜਸਟੀਫਾਈਡ ਟੂ ਪਿਕ ਅਪ ਦ ਸੋਡ ਯਸ ਤੇ ਗੁਰੂ ਸਾਹਿਬ ਨੇ ਵੀ ਇਹੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀ ਗੁਰੂ ਨਾਨਕ ਸਾਹਿਬ ਨੇ ਵੀ ਇਹ ਨਹੀਂ ਕਿ ਅੱਖਾਂ ਮੀਟ ਲਈਆਂ ਤੇ ਸਿਰਫ ਜੋ ਹੁੰਦਾ ਸੀ ਉਸ ਨੂੰ ਅਕਸੈਪਟ ਕਰ ਲਿਆ ਕਿ ਵੀ ਉਸ ਦਾ ਭਾਣਾ ਹੈ ਆਪਣੇ ਆਪ ਜਦੋਂ ਕਿ ਤੁਹਾਡੇ ਸਾਰੇ ਮੀਨਸ ਫੇਲ ਹੋ ਜਾਂਨ ਤਾਂ ਉਸ ਸਮੇਂ ਜੇਕਰ ਕੋਈ ਹਥਿਆਰ ਚੁੱਕ ਕੇ ਉਸ ਜਸਟਿਸ ਵਾਸਤੇ ਟਰੂਥਫੁਲਨੈਸ ਵਾਸਤੇ ਆਵਾਜ਼ ਬੁਲੰਦ ਕਰ ਰਿਹਾ ਹੈ ਤਾਂ ਜਸਟੀਫਾਈਡ ਹੈਗੀ ਬਿਲਕੁਲ ਆਪਣੇ ਸਿੱਖ ਧਰਮ ਵਿੱਚ ਕਿਹੇ ਵੀ ਖਾਸੀਅਤ ਹੈ ਗ੍ਰਸਤੀ ਜੀਵਨ ਹਮ ਆਪਾਂ ਦੁਨੀਆ ਦੇ ਵਿੱਚ ਰਹਿਣਾ ਆਪਾਂ ਨੂੰ ਆਪਾਂ ਸੰन्यास ਨਹੀਂ ਲੈਣਾ ਆਪਾਂ ਕਿਤੇ ਜਾ ਕੇ ਕੋਈ ਫੋਰੈਸਟ ਜਾਂ ਕੋਈ ਇਹੋ ਜੀ ਜਗ੍ਹਾ 'ਚ ਨਹੀਂ ਰਹਿਣਾ ਆਪਾਂ ਇਸੇ ਦੁਨੀਆ ਵਿੱਚ ਰਹਿਣਾ ਹੈ ਇਸ ਦੁਨੀਆ ਵਿੱਚ ਰਹਿੰਦੇ ਆ ਜਦੋਂ ਉਦੋਂ ਕਾਫੀ ਦੇਖਣੀ ਪੈਂਦੀਆਂ ਚੀਜ਼ਾਂ ਜੋ ਖਿਲਾਫ ਹੈ ਆਪਣੇ ਹਿਊਮਨ ਰਾਈਟਸ ਦੇ ਖਿਲਾਫ ਹੈ ਤੇ ਆਵਾਜ਼ ਉਠਾਉਣੀ ਪੈਂਦੀ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਗ੍ਰਸਤੀ ਜੀਵਨ ਬਖਸ਼ ਕੇ ਕਹਿ ਕੇ ਕਿ ਗ੍ਰਸਤੀ ਜੀਵਨ ਜਿਉਣਾ ਹੈ ਆਪ ਜਿਉਂ ਦਸੰਗ ਗੁਰੂਆਂ ਨੇ ਜਿਉਂ ਆ ਜੀ ਇਹ ਦਿਖਾਇਆ ਕਿ ਆਪਾਂ ਰਹਿਣਾ ਦੁਨੀਆ ਦੇ ਵਿੱਚ ਹੈ ਆਪਾਂ ਆਵਾਜ਼ ਵੀ ਦੁਨੀਆ ਦੇ ਵਿੱਚ ਠਾਉਣੀ ਹੈ ਤੇ ਆਪਾਂ ਫੇਰ ਵੀ ਵਾਹਿਗੁਰੂ ਦੇ ਨਾਲ ਅਕਾਲ ਪੁਰਖ ਨਾਲ ਜੁੜ ਸਕਦੇ ਆਂ ਜੀ ਗ੍ਰਸਤੀ ਜੀਵਨ ਦੇ ਵਿੱਚ ਸੰਿਆਸ ਦੀ ਲੋੜ ਨਹੀਂ ਜੀ ਹੁਣ ਜੇ ਆਪਾਂ ਜ਼ਫਰਨਾਮਾ ਨੂੰ ਦੇਖੀਏ ਜ਼ਫਰਨਾਮਾ ਕੋ ਇੱਕ ਇਹੋ ਜੀ ਖਾਸ ਬਾਣੀ ਗੁਰੂ ਗੋਬਿੰਦ ਸਿੰਘ ਦੀ ਹੈ ਖਾਸ ਸ਼ਬਦ ਹੈ ਕਿ ਕਿੰਨਾ ਕੁਛ ਗੁਰੂ ਗੋਬਿੰਦ ਸਿੰਘ ਨੇ ਸਹਿਆ ਜੀ ਉਸ ਤੱਕ ਚਾਰੇ ਸਾਹਿਬਜ਼ਾਦੇਾਂ ਦੀ ਸ਼ਹੀਦੀਆਂ ਹੋ ਚੁਕੀਆਂ ਮਾਤਾ ਗੁਜਰੀ ਜੀ ਦੇ ਸ਼ਹੀਦੀ ਹੋ ਚੁਕੀ ਹੈ ਜੀ ਕਿੰਨੇ ਜੰਗ ਜੜਨੇ ਲੜਨੇ ਪੇ ਅਰੰਗਜ਼ੈਬ ਦੇ ਕਿੰਨੇ ਇੱਕ ਸੀਹ ਸਾਨੇ ਪੇ ਜੀ ਪਰ ਜ਼ਫਰਨਾਮਾ ਜਦੋਂ ਉਹਨਾਂ ਨੇ ਲਿਖਿਆ ਜੇ ਹੁਣ ਆਮ ਇਨਸਾਨ ਕੋਈ ਨਿੱਕੀ ਜੀ ਗੱਲ ਤੋਂ ਵੀ ਚਿੱਠੀ ਲਿਖਦਾ ਹੈ ਉਹਦੇ ਵਿੱਚ ਗਰੋਧ ਨਾਲ ਭਰਿਆ ਹੁੰਦਾ ਬੇਸ਼ੱਕ ਗਰੋਧ ਆ ਜਾਂਦਾ ਰਿਮੋਰਸ ਤੇ ਗਰੋਧ ਦੋਨੋ ਚੀਜ਼ਾਂ ਦਾ ਕੁਝ ਹੋਣਾ ਸੀ ਆਪਣੇ ਵਾਸਤੇ ਕਿ ਹਾਏ ਮੇਰੇ ਨਾਲ ਕੀ ਹੋਇਆ ਰਾਈਟ ਗੁਰੂ ਗੋਬਿੰਦ ਸਿੰਘ ਨੇ 111 ਵਰਸ ਲਿਖੇ ਹਮ ਹਮ ਉਹਨਾਂ ਵਿੱਚੋਂ 34 ਤਾਂ ਸੀ ਕਿ ਵਾਹਿਗੁਰੂ ਦੀ ਉਸਤਤ ਕਰਨੀ 32 ਸਾਨ ਦੇ ਰੰਗਸਾਹਿਬ ਨੇ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਸੱਦਿਆ ਸੀ ਹਮ ਹਮ ਕਿ ਮੈਨੂੰ ਆ ਕੇ ਮਿਲੋ ਇਤੇ ਸਾਡੇ ਦਰਬਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਉਹ ਬਤੀ ਵਰਸਸ ਵਿੱਚ ਕਿਹਾ ਕਿ ਨੇ ਤੁਸੀਂ ਤੇ ਇੱਕ ਵਾਰੀ ਦਿਖਾਤਾ ਕਿ ਜੇ ਤੁਹਾਡੀ ਗੱਲ ਮੰਨੀਏ ਤੁਹਾਡੇ ਜੋ ਕੁਰਾਨ ਤੇ ਲਏ ਹੋਏ ਐ ਉਥ ਉਹ ਤੂੰ ਸੀ ਰਿਸਪੈਕਟ ਨਹੀਂ ਕਰਦੇ ਸੱਚੇ ਨਹੀਂ ਜੀ ਰੰਗ ਸਾਹਿਬ ਸਾਡੇ ਕੋਲ ਆ ਹੂੰ ਹੂੰ ਤੂੰ ਆ ਤੇ ਮੈਂ 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 ਦਿਨਾ ਗਰੰਟੀ ਕਿ ਕੋਈ ਤੈਨੂੰ ਕੁਛ ਨਹੀਂ ਕਹੇਗਾ ਜੀ ਠੀਕ ਹੈ ਕਿ ਸਾਡੇ ਕਹਿਣੇ ਦੇ ਵਿੱਚ ਸਾਡੇ ਜੋ ਉਹ ਤਸਵੀਲ ਨੇ ਉਹਨਾਂ ਵਿੱਚ ਇਹ ਤਾਕਤ ਹੈ ਤੇਰੇ ਤਾਕਤਾਂ ਤੇਰੇ ਉਥ ਵਿੱਚ ਜੋ ਹਿੰਦੂ ਰਾਜ ਨੇ ਉਸ ਨਾਲ ਤੇਰੇ ਨਾਲ ਦਿੱਤੇ ਸੀ ਉਹਨਾਂ ਵਿੱਚ ਕੋਈ ਤਾਕਤ ਨਹੀਂ ਤੁਸੀਂ ਆਪ ਹੀ ਝੂਠ ਬੋਲ ਕੇ ਦਬਾਤੇ ਜੀ 24 ਆਉਂਦੇ ਆ ਕੇ ਚਮਕੌਰ ਸਾਹਿਬ ਦੀ ਜੋ ਲੜਾਈ ਸੀ ਜੰਗ ਉਹਦੇ ਬਾਰੇ ਡਿਸਕ੍ਰਾਈਬ ਕਰਨੇ ਕਿ ਕਿਸ ਤਰ੍ਹਾਂ ਇੱਕ ਚੰਦ ਗਰੁੱਪ ਸਿੱਖਾਂ ਦਾ ਸੀ ਲੱਖਾਂ ਦੀ ਮੁਗਲ ਆਰਮੀ ਸੀ ਤੇ ਫਿਰ ਵੀ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਡਿਫੈਂਡ ਕੀਤਾ ਤੇ ਅਖੀਰ ਤੱਕ ਹਮ ਹਮ ਸ਼ਹੀਦੀ ਪ੍ਰਾਪਤ ਕੀਤੀ ਜੀ ਤੇ 15 15 ਸਾਲ ਹੋ ਗਏ ਕਿ ਔਰੰਗਜ਼ੈਬ ਨੂੰ ਦੱਸਣਾ ਕਿ ਆ ਜੋ ਤੁਸੀਂ ਔਥ ਲੈ ਸੀ ਤੇ ਤੋੜੇ ਸੀ ਕੁਰਾਨ ਤੇ ਜੀ ਕਿ ਕਿੰਨੇ ਕੀ ਗਲਤੀਆਂ ਐ ਇਹ ਵਾਹਿਗੁਰੂ ਦੇ ਅੱਲਾ ਦੇ ਅੱਖਾਂ ਦੇ ਵਿੱਚ ਕੀ ਕੀਤਾ ਗਿਆ ਹੈ ਕਿ ਅਗਲੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਮਰਨ ਤੋਂ ਬਾਅਦ ਕੀ ਜਦੋਂ ਆਪਣਾ ਆਫਟਰ ਲਾਈਫ ਕਹਦੋ ਜਾਂ ਜਜਮੈਂਟ ਕਹਦੋ ਜੋ ਮਰਜੀ ਕਹਦੋ ਕਿਸੇ ਵੀ ਅ ਧਰਮ ਅਨਸਾਰ ਕਿ ਕੀ ਦੇਖਣਾ ਪਊਗਾ ਕਿ ਕੀ ਉਹਦਾ ਆਨਸਰ ਹੋਤੋਂ ਨੂੰ ਹਮਮ ਤੇ ਕਮਾਲ ਦੀ ਹੈ ਗੱਲ ਹੈ ਕਿ ਸ਼ੇ ਵਰਸ ਇਹੋ ਜੇ ਵੀ ਐਸ਼ੇ ਪੰਕਤੀਆਂ ਕਿ ਜੋ ਅਰੰਗਜ਼ੈਬ ਨੂੰ ਸਿਫਤ ਕਰਦੀਆਂ ਜੀ ਇਹ ਬੜਾ ਅਨੋਖਾ ਐਗਜ਼ਾਮਪਲ ਹੈ ਆਪਣਾ ਕਿਉਂਕਿ ਇਹਨਾਂ ਕੋ ਸ਼ਾਇਦ ਪਰ ਕ੍ਰੋਧ ਜਾਂ ਸਾਰੋ ਕਿਤੇ ਨਹੀਂ ਆਈ ਐਂਡ ਅਗੇਨ ਉਹੀ ਗੱਲ ਆ ਗਈ ਕਿ ਅਮਨਦੀਪ ਇਹ ਐਲੀਵੇਟਡ ਸੋਲਸ ਜਿਹੜੀਆਂ ਹੁੰਦੀਆਂ ਨੇ ਇਹ ਜੋ ਹੁੰਦਾ ਉਹੀ ਕਹਿੰਦੀਆਂ ਨੇ ਕੁਝ ਬਨਾਫਟੀ ਨਹੀਂ ਕੋਈ ਐਡੀਸ਼ਨ ਨਹੀਂ ਕੋਈ ਡਿਲੀਸ਼ਨ ਨਹੀਂ ਐਜ਼ ਇਟ ਇਜ਼ ਜੋ ਹੈ ਉਸ ਨੂੰ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਬਿਲਕੁਲ ਜੀ ਰਾਈਟ ਹਾਂਜੀ ਤੇ ਜਦੋਂ ਆਪਾਂ ਫਿਰ ਪਹਿਲਾਂ ਜਦੋਂ ਮੈਂ ਟਾਪਿਕ ਲਿਖੀ ਉਦੋਂ ਤਾਂ ਗਦਰਾਂ ਦੇ ਮਤਾਬਕ ਸੀ ਕਰ ਸ਼ਹੀਦ ਕਰਤਾਰ ਸਿੰਘ ਸਰਾਭਾ ਉਹਨਾਂ ਨੇ ਆਪਣਾ ਇੱਕ ਲਿਖਿਆ ਸੀ ਔਨ ਦਾ ਵੇ ਟੂ ਦਾ ਗੈਲੋਸ ਉਹਦੀ ਟ੍ਰਾਂਸਲੇਸ਼ਨ ਇਸ ਤਰ੍ਹਾਂ ਜੀ ਹੋਈ ਉਹਨਾਂ ਨੇ 27 ਵਰਸ ਆਪਣੇ ਲਿਖੇ ਸੀ ਉਹਨਾਂ ਦੇ ਵਿੱਚ 20 ਸੀ ਜੋ ਇੰਡੀਅਨ ਹੋਣ ਦੇ ਉਹਦੀ ਸਿੱਖੀ ਸਲਾਹਾ ਤੇ ਜਿਹੜੀ ਡਿਊਟੀ ਹੈ ਤੇ ਸਤ ਕੇ ਮੋਤ ਨਾ ਡਰਨਾ ਰਾਈਟ ਉਹਦੇ ਵਿੱਚ ਸੀ राइट सो 세 ਦੇ ਬਾਰੇ ਕਿਸ ਦਿਨ ਵਿਸਥਾਰ ਵਿੱਚ ਅਸੀਂ ਗੱਲਬਾਤ ਕਰਾਂਗੇ ਸੋ ਫੋਕਸਿੰਗ ਔਨ ਜ਼ਫਰਨਾਮਾ ਜੇਕਰ ਇਸ ਵਿੱਚ ਅਸੀਂ ਕੁਝ ਜੇ ਡਿਡਕਟ ਕਰਨਾ ਹੈ ਬਰੀਫਲੀ ਮੈਂ ਚਾਹਾਂਗਾ ਲਾਸਟਲੀ ਦੱਸੋ ਕਿ ਕੀ ਚੀਜ਼ਾਂ ਨੂੰ ਅੱਜ ਗ੍ਰਹਿਣ ਕਰਨ ਦੀ ਲੋੜ ਹੈ ਜਿਹਦੇ ਨਾਲ ਕਿ ਅਸੀਂ ਜ਼ਫਰਨਾਮੇ ਦਾ ਜਿਹੜਾ ਕਨਸੈਪਟ ਜਿਹੜੀ ਲੈਟਰ ਲਿਖੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵਿੱਚੋਂ ਅੱਜ ਅਸੀਂ ਕੁਝ ਸਿੱਖ ਸਕਦੇ ਹਾਂ ਜ਼ਫਰਨਾਮਾ ਜਦੋਂ ਟ੍ਰਾਂਸਲੇਟ ਕਰੀ ਇੰਗਲਿਸ਼ ਵਿੱਚ ਐਪਿਸਟਲ ਆਫ ਵਿਕਟਰੀ ਲੈਟਰ ਆਫ ਵਿਕਟਰੀ ਹੁਣ ਦੇਖੋ ਗੁਰੂ ਸਹਿਬਾਨ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਤਸੀਹੇ ਸਹਕੇ ਉਥੋਂ ਤੱਕ ਪਹੁੰਚੇ ਕਿ ਜ਼ਫਰਨਾਮਾ ਲਿਖਿਆ ਜੀ ਆਪ ਨੂੰ ਹਰੇ ਹਾਰਿਆ ਹੋਇਆ ਨਹੀਂ ਸਮਝਿਆ ਸਗੋਂ ਉਥੇ ਚਿੱਠੀ ਲਿਖੀ ਕਿ ਮੇਰੀ ਜਿੱਤ ਹੋਈ ਜੀ ਕਿ ਜਿੱਤ ਗਿਆ ਕਿ ਅਰੰਗਜ਼ੇਬ ਤੂੰ ਆਪ ਨੂੰ ਹੀ ਹਰਾ ਲਿਆ ਕਿਸ ਤਰ੍ਹਾਂ ਹਰਾਇਆ ਉਹਦੇ ਵਿੱਚ ਅਰੰਗਜ਼ੇਬ ਨੂੰ ਗਲਤ ਵੀ ਦੱਸਦੇ ਆ ਉਹਨਾਂ ਨੂੰ ਕੋਈ ਜਨਰੌਸਟੀ ਵੀ ਦਿਖਾਉਂਦੇ ਆ ਕਿ ਆ ਮੈਨੂੰ ਮਿਲ ਤੇ ਆਪਣੀ ਜਿੱਤ ਦੀ ਵੀ ਦਲੀਲ ਦਿੰਦੇ ਆ ਕਿ ਹਾਂ ਜੇ ਇਹ ਇਸ ਤਰ੍ਹਾਂ ਪ੍ਰਾਪਤ ਹੋਈ ਠੀਕ ਤੇ ਜੇ ਆਪਾਂ ਆਪਣੀ ਹੁਣ ਜ਼ਿੰਦਗੀ ਦੇ ਵਿੱਚ ਇਹ ਇਸਤੇਮਾਲ ਕਰੀਏ ਹਮ ਹਮ ਆਪਾਂ ਦੇਖਾਂਗੇ ਕਿ ਨਿੱਕੀ ਨਿੱਕੀਆਂ ਬਾਤਾਂ ਤਾਂ ਹੁੰਦੀਆਂ ਰਹਿੰਦੀਆਂ ਆ ਜੀ ਆਪਣੇ ਜੋ ਬਜ਼ੁਰਗ ਸੰਨ ਜੋ ਪਾਇਨੀਰ ਸੰਨ ਉਹਨਾਂ ਨੇ ਕਿੰਨੇ ਸੈਕ੍ਰੀਫਾਈਸ ਜੀ ਜੀ ਬਣਾਏ ਕਿੰਨਾ ਕੋਸ਼ ਉਹਨਾਂ ਨੂੰ ਸਹਣਾ ਪਿਆ ਕਿ ਆਪਾਂ ਇੱਥੇ ਆਏ ਅੱਜ ਖੁੱਲੀ ਗੱਲ ਕਰ ਸਕੀਏ ਜੀ ਆਪਾਂ ਦਸਤਾਰ ਪਾ ਕੇ ਆਪਣੇ ਬਾਣੇ ਵਿੱਚ ਆਪ ਬਾਹਰ ਘੁੰਮ ਸਕੀ ਤੇ ਕੋਈ ਦੂਸਰੀ ਵਾਰ ਦੇਖੂਗਾ ਹੀ ਨੇ ਕਿ ਕਾਮਨ ਚੀਜ਼ ਹੈ ਰਾਈਟ ਕਿ ਕਿੰਨਾ ਕੁਸਚਨ ਉਹਨੂੰ ਕਰਨਾ ਪਿਆ ਤੇ ਉਹ ਕਦੇ ਡੋਲੇ ਨਹੀਂ ਹਮ ਹਮ ਆਪਾਂ ਵੀ ਉਸ ਤਰ੍ਹਾਂ ਉਹ ਤਾਕਤ ਪੈਦਾ ਕਰਨੀ ਹੈ ਕਿ ਆਪਾਂ ਸਿੱਖ ਸਿਧਾਂਤ ਅਨਸਾਰ ਕਿਸ ਤਰ੍ਹਾਂ ਜਿਉਣਾ ਕਿਸ ਤਰ੍ਹਾਂ ਆਪਣਾ ਕੈਰੈਕਟਰ ਐਗਜ਼ਾਮਪਲ ਹੋਵੇ ਦੂਸਰਿਆਂ ਨੂੰ ਰਾਈਟ ਤੇ ਸਗੋਂ ਕਿਸ ਤਰ੍ਹਾਂ ਆਪਾਂ ਦੁਨੀਆ ਵਿੱਚ ਸੁਸਾਇਟੀ ਵਿੱਚ ਬਦਲਾਅ ਲਿਆ ਸਕਦੇ ਹਾਂ थोड़ा बहुत बहुत धन्यवाद जी इस में अग्नि लैले थैंक यू फॉर योर टाइम थैंक यू सो इस करते हैं जी अज्ज इस प्रोग्राम समाप्ति फीडबैक सौ चार छः सौ तीन पचहत्तर पचवंजा या फिर ईमेल रही संपर्क कर सकते हो हरप्रीत सिंह शो एट जीमेल डॉट कॉम ये प्रोग्राम्स यूट्यूब डॉट कॉम स्लैश हरप्रीत सिंह शो जाकर बाद भी वेख ਧਨਵਾਦੀ ਅਸੀਂ ਆਪਣੇ ਸਪான்ਸਰਸ ਦੇ ਐਡਵਰਟਾਈਜ਼ਰਸ ਦੇ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਨੇ ਤੇ ਨਾਲ ਹੀ ਤੁਹਾਡੇ ਤੋਂ ਵੀ ਸਹਿਯੋਗ ਦੀ ਮੰਗ ਕਰਨੇ ਆ ਕਿਉਂਕਿ ਅਸੀਂ ਕਿਸੇ ਪੋਲਿਟিক্যাল ਸੰਸਥਾ ਨਾਲ ਜਾਂ ਕੋਈ ਸੋਸ਼ਲ ਸਮਾਜਿਕ ਸੰਸਥਾ ਨਾਲ ਨਹੀਂ ਜੁੜੇ ਤੇ ਸਾਡੇ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਪ੍ਰਤੱਖ ਹਾਲ ਜੋ ਹੈ ਉਸ ਨੂੰ ਲੈ ਕੇ ਹਾਜ਼ਰ ਹੋ ਸਕੀਏ ਉਸ ਵਾਸਤੇ ਜੇਕਰ ਸਪான்ਸਰਸ਼ਿਪ ਰਹੀ ਜਾਂ ਐਡਵਰਟਾਈਜ਼ਮੈਂਟ ਰਹੀ ਸਹਿਯੋਗ ਦੇ ਸਕਦੇ ਹੋ ਤਾਂ ਤੁਹਾਡੇ ਧੰਨਵਾਦੀ ਹੋਵਾਂਗੇ ਲੈਣਾ ਆ ਗਿਆ ਜੀ ਫਿਰ ਮੁਲਾਕਾਤ ਕਰਾਂਗੇ ਤਦ ਤੱਕ ਗੁੱਡ ਬਾਏ